ਸਾਰੇ ਭੈਣਾਂ ਭਰਾਵਾਂ ਨੂੰ ਅਸਲਾਮੁ ਅਲੈਕਮ ਅਤੇ ਈਦ ਮੁਬਾਰਕ। ਤੁਸੀਂ ਮੇਰੀਆਂ ਵੀਡੀਓ ਲਾਈਕ ਕੀਤੀਆਂ, ਸ਼ੇਅਰ ਕੀਤੀਆਂ, ਮੈਂ ਤੁਹਾਡਾ ਸ਼ੁਕਰੀਆ ਨਹੀਂ ਅਦਾ ਕਰ ਸਕਦਾ। ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ। ਜਿਹੜੇ ਭਾਈ ਬਾਹਰ ਨੇ ਜਾਂ ਜਿਹੜੇ ਪਾਕਿਸਤਾਨੀ ਨੇ ਭਰਾ, ਜਿਨ੍ਹਾਂ ਮੇਰੀਆਂ ਮੂਵੀਆਂ ਲਾਈਕ ਕੀਤੀਆਂ, ਸ਼ੇਅਰ ਕੀਤੀ, ਅਤੇ ਅੱਲਾਹ ਪਾਕ ਉਹਨਾਂ ਨੂੰ ਤੰਦਰੁਸਤ ਅਤੇ ਮੈਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰਨ। ਮੇਰਾ ਬਸ ਇਹੀ ਦੁਆ ਹੈ ਕਿ ਅੱਲਾਹ ਪਾਕ ਜਿੱਥੇ ਵੀ ਮੇਰੇ ਪਾਕਿਸਤਾਨੀ ਭਰਾ ਬਾਹਰ ਨੇ ਜਾਂ ਪਾਕਿਸਤਾਨ ਵਿੱਚ ਨੇ, ਬਸ ਅੱਲਾਹ ਪਾਕ ਉਹਨਾਂ ਨੂੰ ਤੰਦਰੁਸਤੀ ਦੇ ਅਤੇ ਮੇਰੀਆਂ ਵੀਡੀਓ ਸ਼ੇਅਰ ਕਰਦੇ ਰਹਿਣ ਲਾਇਕ। ਅਤੇ ਬਾਕੀ ਮਸਲਾ ਕੈਮਰੇ ਦਾ, ਉਹ ਵੀ ਇਨਸ਼ਾਅੱਲਾ ਉਹ ਵੀ ਠੀਕ ਹੋ ਜਾਏਗਾ ਅਤੇ ਅੱਛੀ ਤੋਂ ਅੱਛੀ ਵੀਡੀਓ ਤੁਹਾਨੂੰ ਦੇਵਾਂਗੇ। ਇੱਕ ਵੀਡੀਓ ਬਣਾਈ ਸੀ ਬੜੀ ਜਲਦੀ ਦੇ ਵਿੱਚ ਨਾ, ਉਹ ਸਾਨੂੰ ਵੀ ਅੱਛੀ ਨਹੀਂ ਲੱਗੀ, ਉਹ ਛੋਟੇ ਭਰਾ ਸ਼ੈਂਪੋ ਵਾਲੀ, ਅਤੇ ਉਹ ਫਿਰ ਅਸਾਂ ਡਿਲੀਟ ਕਰ ਦਿੱਤੀ ਹੈ। ਅਤੇ ਬਾਕੀ ਤੁਸੀਂ ਇਹ ਜਿਹੜੀ ਮੂਵੀ ਹੈ PTI ਦੀ ਟਿਕਟ ਦੀ ਬੇਗਮ ਵਾਲੀ, ਅਤੇ ਉਹ ਤੁਸੀਂ ਬੜੀ ਟ੍ਰੈਂਡਿੰਗ 'ਤੇ ਆ ਗਈ, ਬੜੀ ਤੁਸੀਂ ਲਾਈਕ ਕੀਤੀ ਹੈ, ਮਿਹਰਬਾਨੀ ਤੁਹਾਡੀ, ਮੈਂ ਤੁਹਾਡਾ ਸ਼ੁਕਰੀਆ ਨਹੀਂ ਅਦਾ ਕਰ ਸਕਦਾ। ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ ਅਤੇ ਸਾਰੇ ਭੈਣ ਭਰਾ ਨੂੰ ਅੱਲਾਹ ਪਾਕ ਹਜ਼ਾਰਾਂ ਇੱਦਾਂ ਇੰਝ ਵਿਖਾਏ ਅਤੇ ਮੇਰੇ ਹੱਕ ਅੰਦਰ ਦੁਆ ਕਰਿਆ ਜੇ। ਅੱਲਾਹ ਪਾਕ ਤੁਹਾਨੂੰ ਤੰਦਰੁਸਤੀ ਦੇ, ਸਿਹਤ ਦੇਵੇ, ਅਤੇ ਮੇਰੀਆਂ ਇੰਝ ਵੀਡੀਓ ਲਾਈਕ ਅਤੇ ਸ਼ੇਅਰ ਕਰਦੇ ਰਹੋ, ਬਸ ਮੈਨੂੰ ਇਹ ਦੁਆ ਹੈ। ਇਨਸ਼ਾਅੱਲਾ ਤੁਹਾਡੀਆਂ ਸਾਰੀਆਂ ਸ਼ਿਕਾਇਤਾਂ ਦੂਰ ਹੋ ਜਾਣਗੀਆਂ, ਵਧੀਆ ਤੋਂ ਵਧੀਆ ਮੂਵੀ ਦੇਵਾਂਗੇ ਇਨਸ਼ਾਅੱਲਾ, ਅਤੇ ਅੱਛੇ ਰਿਜ਼ਲਟ ਵਾਲੀਆਂ ਮੂਵੀਆਂ ਤੁਹਾਨੂੰ ਦੇਵਾਂਗੇ। ਕੈਮਰੇ ਦਾ ਮਸਲਾ ਉਹ ਵੀ ਇਨਸ਼ਾਅੱਲਾ ਹੱਲ ਹੋ ਜਾਣਾ, ਅਤੇ ਬਾਕੀ ਤੁਹਾਡੀਆਂ ਦੁਆਵਾਂ ਚਾਹੀਦੀਆਂ ਨੇ। ਅਤੇ ਜਿਹੜੇ ਮੈਨੂੰ ਬੰਦੇ ਵਿੱਚ ਸਬਸਕ੍ਰਾਈਬਰ 500 ਜਾਂ 700 ਜਿਹੜਾ ਅਨਸਬਸਕ੍ਰਾਈਬ ਕਰ ਰਿਹਾ, ਉਹ ਵੀ ਇਨਸ਼ਾਅੱਲਾ ਮੇਰੀ ਉਮੀਦ ਹੈ ਕਿ ਉਹ ਵੀ ਨਾ ਮੈਨੂੰ ਕਰੇ, ਇਨਸ਼ਾਅੱਲਾ ਅੱਛੀਆਂ ਤੋਂ ਅੱਛੀਆਂ ਵੀਡੀਓ ਦੇਵਾਂਗੇ। ਅਤੇ ਤੁਹਾਡੀ ਮਿਹਰਬਾਨੀ ਹੈ। ਤੁਹਾਡਾ ਆਪਣਾ ਭਾਈ PK ਰਣਮਰੀਤ ਮੁਹੰਮਦ ਅਲੀ, ਅਤੇ ਸਾਰੇ ਭੈਣ ਭਰਾਵਾਂ ਨੂੰ ਅਸਲਾਮੁ ਅਲੈਕਮ ਅਤੇ ਈਦ ਮੁਬਾਰਕ। ਅਤੇ ਉਹ ਜਿਹੜੀਆਂ ਐਡ ਵਾਸਤੇ ਨੰਬਰ ਦਿੱਤੇ ਨੇ, ਉਹ ਸਿਰਫ ਐਡ ਵਾਸਤੇ, ਜਿਹਨੇ ਐਡ ਦੇਣਾ ਉਹ ਭਾਈ ਨਾਲ ਰਾਬਤਾ ਕਰੇ। ਅਤੇ ਮੇਰੀ ਇਹੀ ਦੁਆ ਹੈ ਕਿ ਤੁਸੀਂ ਖੁਸ਼ ਰਹੋ। ਅਤੇ ਭਾਈ ਕਹਿ ਰਹੇ ਨੇ ਬਹੁਤ ਕਾਲਾਂ ਆ ਰਹੀਆਂ, ਜਿਹਨੇ ਐਡ ਦੇਣੀ ਹੋ ਉਹ ਭਾਈ ਨਾਲ ਰਾਬਤਾ ਕਰ ਲਵੇ, ਉਹ ਫਿਰ ਮੇਰਾ ਨੰਬਰ ਤੁਹਾਨੂੰ ਦੇ ਦੇਣਗੇ, ਉਹ ਇਨਸ਼ਾਅੱਲਾ ਤੁਸੀਂ ਮੇਰੇ ਨਾਲ ਰਾਬਤਾ ਕਰ ਲਿਆ ਜੇ, ਅਤੇ ਮੈਂ ਤੁਹਾਡਾ ਆਪਣਾ ਖਾਦਮ ਨੌਕਰ ਭਰਾ। ਅਤੇ ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ, ਹਜ਼ਾਰਾਂ ਹੀ ਤੁਹਾਨੂੰ ਅੱਲਾਹ ਪਾਕ ਸ਼ੇਅਰ ਕਰਦੇ ਰਹੋ, ਮੈਨੂੰ ਤੁਹਾਡੇ ਕੋਲ ਹੋਰ ਕੁਛ ਨਹੀਂ ਚਾਹੀਦਾ। ਅੱਲਾਹ ਹਾਫਿਜ਼। ਖੈਰ ਮੁਬਾਰਕ। ਕੋਈ ਸਕ੍ਰਿਪਟ ਦਿਓ ਨਾ ਉਹਦੇ 'ਤੇ, ਫਿਰ ਵਧੀਆ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਵਧੀਆ ਜਿਹੜਾ ਉਹਦੇ 'ਤੇ ਇਨਸ਼ਾਅੱਲਾ ਮੂਵੀ ਬਣਾ ਕੇ ਦੇਵਾਂਗੇ। ਦੋ ਮੂਵੀਆਂ ਟ੍ਰੈਂਡਿੰਗ 'ਤੇ ਆਈਆਂ ਨੇ ਤੁਹਾਡੇ ਭਰਾਵਾਂ ਦੀਆਂ ਦੁਆਵਾਂ ਨਾਲ, ਅਤੇ ਇਨਸ਼ਾਅੱਲਾ ਕੈਮਰੇ ਦਾ ਮਸਲਾ ਹੱਲ ਹੋ ਜਾਣਾਗਾ, ਅਤੇ ਇਨਸ਼ਾਅੱਲਾ ਵਧੀਆ ਅੱਛੇ ਰਿਜ਼ਲਟ ਵਾਲੀਆਂ ਅਤੇ ਵਧੀਆ ਤੋਂ ਵਧੀਆ ਮੂਵੀਆਂ ਇਨਸ਼ਾਅੱਲਾ ਬਣਾ ਕੇ ਤੁਹਾਨੂੰ ਦੇਵਾਂਗੇ ਅੱਲਾ ਦੇ ਹੁਕਮ ਦੇ ਨਾਲ। ਅਤੇ ਤੁਹਾਡੇ ਭਰਾਵਾਂ ਦੀ ਮਤਾਵਾਂ ਦੀ ਲੋੜ ਹੈ, ਅਤੇ ਮੈਨੂੰ ਤੁਸੀਂ ਲਾਈਕ ਕਰੋ, ਸ਼ੇਅਰ ਕਰੋ, ਅਤੇ ਚੈਨਲ ਵੀ ਸਬਸਕ੍ਰਾਈਬ ਕਰੋ। ਬਸ ਹੋਰ ਤੁਹਾਡੇ ਕੋਲ ਇਹ ਉਮੀਦ ਹੈ। ਆਪਣੇ ਭਰਾ ਨੂੰ ਦੁਆਵਾਂ 'ਚ ਯਾਦ ਰੱਖੋ, ਪੜ੍ਹੋ। ਹਾਂਜੀ, ਫੇਸਬੁੱਕ 'ਤੇ ਤੁਸੀਂ ਕਰ ਸਕਦੇ ਹੋ, ਅਤੇ ਯੂਟਿਊਬ 'ਤੇ ਜਿਹੜਾ ਕਰੇਗਾ ਉਹਨੂੰ ਫਿਰ ਸਕ੍ਰਿਪਟ ਵੱਜੇਗਾ, ਸਟ੍ਰਾਈਕ ਦੇਵਾਂਗੇ ਇਨਸ਼ਾਅੱਲਾ, ਉਹ ਫਿਰ ਯਾਦ ਹੀ ਕਰੇਗਾ। ਮਿਹਰਬਾਨੀ, ਫੇਸਬੁੱਕ 'ਤੇ ਤੁਸੀਂ ਕਰ ਲਵੋ, ਤੁਹਾਡੀ ਮਿਹਰਬਾਨੀ। ਹਾਂਜੀ, ਬਸ ਦੁਆਵਾਂ 'ਚ ਯਾਦ ਰੱਖਿਆ ਜੀ ਆਪਣੇ ਭਰਾ ਨੂੰ PK ਰਣਮਰੀਤ। ਉਹ ਮੈਂ ਨਹੀਂ ਰੋਂਦਾ, ਫਿਰ ਮੇਰਾ ਅੰਦਰੋਂ ਦਿਲ ਰੋਂਦਾ। ਹੋਰ ਸਾਰੇ ਭੈਣ ਭਰਾ ਠੀਕ ਠਾਕ ਨੇ, ਤੁਹਾਡੀਆਂ ਦੁਆਵਾਂ ਦੀ ਲੋੜ ਹੈ, ਬਸ ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ। ਜਿਹੜੇ ਮੇਰੇ ਭਾਈ ਬਾਹਰ ਨੇ, ਫਰਾਂਸ, ਯੂਰਪ, ਅਮੈਰੀਕਾ, ਇੰਗਲੈਂਡ, ਜਰਮਨੀ, ਫਰਾਂਸ, ਸਾਊਦੀਆ, ਜਿੱਥੇ ਜਿੱਥੇ ਵੀ ਨੇ, ਜਿਨ੍ਹਾਂ ਦੇ ਸਵਾਲਾਂ ਦਾ ਜਵਾਬ ਨਹੀਂ ਵੀ ਦੇ ਸਕਦਾ, ਸਾਰੇ ਭਰਾਵਾਂ ਨੂੰ ਸਲਾਮ ਅਲੈਕਮ ਅਤੇ ਈਦ ਮੁਬਾਰਕ। ਅਤੇ ਮੇਰਾ ਹੋਰ ਕੋਈ ਪੈਗਾਮ ਨਹੀਂ, ਅੱਲਾਹ ਦੇ ਹੁਕਮ ਨਾਲ ਵਧੀਆ ਤੋਂ ਵਧੀਆ ਵੀਡੀਓ ਤੁਹਾਨੂੰ ਦੇਵਾਂਗੇ। ਤੁਸੀਂ ਵੀ ਕੋਈ ਮੈਨੂੰ ਰਾਏ ਦਿਓ ਨਾ ਕਿ ਇਸ ਬਾਰੇ ਬਣਾਓ, ਅਤੇ ਫਿਰ ਉਸ ਬਾਰੇ ਇਨਸ਼ਾਅੱਲਾ ਕੈਮਰਾ ਵੀ, ਕੈਮਰੇ ਦਾ ਵੀ ਮਸਲਾ ਹੱਲ ਹੋ ਗਿਆ। ਵਟਸਐਪ 'ਤੇ ਨੰਬਰ ਹੈ, ਅਤੇ ਉਹਦੇ 'ਤੇ ਸਕ੍ਰਿਪਟ ਦਿਓ ਨਾ, ਅਤੇ ਉਹਦੇ ਤੋਂ ਫਿਰ ਜਿਹੜੀ ਅੱਛੀ ਮੂਵੀ ਹੋਈ, ਕਿਉਂਕਿ ਸਿਆਸਤ ਦੇ ਬਾਰੇ ਅਸੀਂ ਬਣਾਉਣਾ ਨਹੀਂ, ਕਿਉਂਕਿ
ਫਿਰ ਬੰਦਾ ਨਹੀਂ ਅੱਛਾ ਲੱਗਦਾ। ਅਸੀਂ ਸਾਰੀ ਜ਼ਿੰਦਗੀ ਤੁਹਾਡੇ ਨਾਲ ਚੱਲਣਾ ਅਤੇ ਫਿਰ ਬੰਦਾ ਅੱਛਾ ਨਹੀਂ ਲੱਗਦਾ। ਅਤੇ ਜਿਹਦਾ ਸਕ੍ਰਿਪਟ ਅੱਛਾ ਹੋਏਗਾ ਉਹ ਵਟਸਐਪ 'ਤੇ ਮੈਸੇਜ ਕਰੇ, ਇਨਸ਼ਾਅੱਲਾ ਉਹਦੇ ਵੀਡੀਓ ਵਧੀਆ ਤੋਂ ਵਧੀਆ ਬਣੇਗੀ ਇਨਸ਼ਾਅੱਲਾ ਅੱਲਾਹ ਦੇ ਹੁਕਮ। ਹੋਰ ਸਾਰੇ ਭੈਣ ਭਰਾਵਾਂ ਨੂੰ ਅਸਲਾਮ ਵਾਲੇਕਮ। ਸੁਬਾਹ ਘਰੋਂ ਨਿਕਲਿਆ ਵਾਂ, ਬੇਗਮ ਕਹਿੰਦੀ ਕਿੱਥੇ ਚੱਲਣਾ, ਮੈਂ ਕਿਹਾ ਮੈਂ ਲਾਈਵ ਚੱਲਣ ਲੱਗਾ। ਕਹਿੰਦੀ ਸਾਰੀ ਜ਼ਿੰਦਗੀ ਲਾਈਵ ਚੱਲਣ ਡੇ ਹੈ, ਮੇਰੇ ਨਾਲ ਵੀ ਚੱਲ ਜਾ। ਮੈਂ ਕਿਹਾ ਕੋਈ ਗੱਲ ਨਹੀਂ, ਤੂੰ ਟੈਨਸ਼ਨ ਨਾ ਲੈ, 10-15 ਦਿਨ ਠਹਿਰ ਜਾ, ਫਿਰ ਤੇਰੇ ਨਾਲ ਹੀ ਲਾਈਵ ਚੱਲਣਾ, ਕਿਉਂਕਿ ਬੇਗਮਾਂ ਤਾਂ ਨਹੀਂ ਨਾ ਲੱਭਦੀਆਂ, ਜਾਇਦਾਦਾਂ ਵੇਚ ਛੱਡੀਆਂ ਨੇ। ਹੁਣ ਲਾਈਵ ਆਇਆ ਤਾਂ ਵੇਖੋ ਆਵਾਮ ਸਾਰੀ ਮੈਨੂੰ ਵੇਖ ਰਹੀ ਹੈ। ਇਹ ਅੱਲਾ ਪਾਕ ਦਾ ਕਰਾਂ, ਮੈਂ ਤੁਹਾਡੇ ਭਰਾ ਦਾ ਇਹਦੇ 'ਚ ਕੋਈ ਕਮਾਲ ਨਹੀਂ। ਮੇਰੇ ਜੇ ਬੰਦੇ ਨੂੰ ਕੋਈ ਰੇਹੜੀ 'ਤੇ ਬੇਰਾਂ ਲਈ ਤਾਂ ਨਹੀਂ ਖਲੋਣ ਦਿੰਦਾ, ਅਤੇ ਹੁਣ ਮੈਨੂੰ ਲੋਕ ਪਿਆਰ ਕਰ ਰਹੇ ਨੇ, ਸੈਲਫੀਆਂ ਲੈ ਰਹੇ ਨੇ ਜਿੱਥੇ ਜਾ ਰਹੇ ਹਾਂ, ਲੋਕ ਪਿਆਰ ਕਰ ਰਹੇ ਨੇ। ਇਹ ਤੁਹਾਡੇ ਭਰਾਵਾਂ ਦੀਆਂ ਅਤੇ ਭੈਣਾਂ ਦੀਆਂ ਦੁਆਵਾਂ ਨੇ। ਅੱਲਾ ਪਾਕ ਤੁਹਾਨੂੰ ਹਜ਼ਾਰਾਂ ਇੱਦਾਂ ਇੰਝ ਹੀ ਵਿਖਾਏ, ਅਤੇ ਅੱਲਾ ਪਾਕ ਤੁਹਾਨੂੰ ਤੰਦਰੁਸਤੀ ਦੇ, ਮੇਰੇ ਪਾਕਿਸਤਾਨੀ ਭਰਾ ਅਤੇ ਜਿਹੜੇ ਬਾਹਰ ਨੇ ਉਹ ਵੀ ਸਾਰੇ, ਅਤੇ ਇਨਸ਼ਾਅੱਲਾ ਵਧੀਆ ਤੋਂ ਵਧੀਆ ਵੀਡੀਓ ਦੇਵਾਂਗੇ ਇਨਸ਼ਾਅੱਲਾ। ਕੈਮਰੇ ਦਾ ਮਸਲਾ ਉਹ ਵੀ ਹੱਲ ਹੋ ਚੱਲਾ, PTI ਦੀ ਟਿਕਟ ਤਾਂ ਨਹੀਂ ਸੀ ਲੱਭੀ, ਅਤੇ ਉਂਝ ਪਾਕਿਸਤਾਨੀ ਆਵਾਮ ਨੂੰ ਇੱਕ ਅੱਛਾ ਮੈਸੇਜ ਦਿੱਤਾ ਕਿ ਉਹਨੂੰ ਵੋਟ ਉਹਦਾ ਹੱਕ ਬਣਦਾ, ਚਾਹੇ ਉਹ PTI ਦਾ, ਚਾਹੇ ਇਮਰਾਨ ਖਾਨ, ਅਤੇ ਚਾਹੇ ਉਹ ਨੂਨ ਲੀਗ, ਅਤੇ ਚਾਹੇ ਉਹ ਆਜ਼ਾਦ ਹੈ, ਉਹਨੂੰ ਵੋਟ ਦਿਓ ਜਿਹੜਾ ਸਾਡੇ ਪਾਕਿਸਤਾਨ ਦੇ ਬਾਰੇ ਸੋਚੇ, ਡੈਮ ਬਣਾਏ, ਬਿਜਲੀ ਦਾ ਮਸਲਾ ਖਤਮ ਕਰੇ, ਮਹਿੰਗਾਈ ਖਤਮ ਕਰੇ। ਹਾਂਜੀ, ਬਸ ਤੁਹਾਡੇ ਭਰਾਵਾਂ ਦੀ ਦੁਆਵਾਂ ਦੀ ਲੋੜ ਹੈ, ਹੋਰ ਮੈਨੂੰ ਕੋਈ ਚੀਜ਼ ਨਹੀਂ ਚਾਹੀਦੀ ਤੁਹਾਡੇ ਕੋਲੋਂ। ਅੱਲਾ ਪਾਕ ਤੁਹਾਨੂੰ ਤੰਦਰੁਸਤੀ ਦੇ, ਸਿਹਤ ਦੇ, ਅੱਲਾ ਪਾਕ ਤੁਹਾਨੂੰ ਹੱਸਦਿਆਂ ਖੇਡਦੇ ਹੀ ਤੁਸੀਂ ਨਜ਼ਰ ਆਓ, ਅਤੇ ਬਾਕੀ ਲੋਕ ਹੁਣ ਇਤਰਾਜ਼ ਰਹੇ ਹੋਣੇ ਨੇ ਸਾਡੇ ਹੁਣ ਪੜ੍ਹ ਨਹੀਂ ਰਿਹਾ, ਬਾਕੀ ਤੁਹਾਡੀ ਦੁਆਵਾਂ ਦੀ ਲੋੜ ਹੈ। ਅੱਲਾ ਪਾਕ ਤੁਹਾਨੂੰ ਖੁਸ਼ ਰੱਖੇ, ਆਬਾਦ ਰੱਖੇ। ਹਾਂਜੀ, ਅਤੇ ਅੱਲਾ ਪਾਕ ਤੁਹਾਨੂੰ ਹਜ਼ਾਰਾਂ ਇੱਦਾਂ ਇੰਝ ਹੀ ਵਿਖਾਏ। ਅੱਜ ਮੈਂ ਘਰੋਂ ਨਿਕਲਿਆ ਵਾਂ, ਅਤੇ ਉਹ ਨਾ ਚਿੰਗਚੀ ਵਾਲਾ ਕਹਿੰਦਾ ਭਾਈ ਸ਼ੇਰਾਂ ਵਾਲੇ ਬਾਗੋਂ ਫਿਰੋਜ਼ ਵਾਲੇ ਪੁੱਲ ਦਾ 20 ਰੁਪਏ ਕਿਰਾਇਆ। ਮੈਂ ਕਿਹਾ ਯਾਰ ਤੂੰ 10 ਰੁਪਏ ਲੈ ਲੈ। ਕਹਿੰਦਾ ਕਿਰਾਇਆ 20 ਰੁਪਏ। ਮੈਂ ਕਿਹਾ ਚਿੰਗਜੀ ਦੇ ਮਗਰ ਲਵਾਂ ਕੇ ਟੁੱਟ ਜਾਵਾਂਗੇ ਯਾਰ, ਫਿਰ ਮਗਰ ਲਵਾਂ ਬਾਰੇ ਕਹਿਣੀ ਹੈ। ਉੱਥੋਂ ਫਿਰ ਮੈਂ ਸ਼ੇਰਾਂ ਵਾਲੇ ਬਾਗ ਆਇਆ, ਅਤੇ ਉੱਥੋਂ ਮੇਰੇ ਫੈਨ ਮਿਲ ਪਏ ਨੇ, ਉਹਨਾਂ ਮੈਨੂੰ ਕਾਰ 'ਚ ਲਿਆ ਕੇ ਅਤੇ ਇੱਥੇ ਲਾ ਦਿੱਤਾ। ਮੈਂ ਕਿਹਾ ਜੀ ਤੁਹਾਡੀ ਮਿਹਰਬਾਨੀ, ਮੈਨੂੰ ਕੋਈ ਬੇਰਾਂ ਵਾਲੀ ਰੇਹੜੀ ਤਾਂ ਨਹੀਂ ਖਲੋਂਦਾ, ਗੋਲ ਗੱਪਿਆਂ ਵਾਲਾ ਮੇਰਾ ਤਾਂ ਖੱਟਾ ਸੁੱਟ ਛੱਡਦਾ ਸੀ। ਕਹਿੰਦਾ ਭਰਾ ਯਾਰ ਤੂੰ ਕਿੱਥੋਂ ਆ ਗਏ, ਹੁਣ ਸਾਰੀ ਦੁਨੀਆ ਪਿਆਰ ਕਰ ਰਹੀ, ਤੁਹਾਡੇ ਭਰਾਵਾਂ ਦੀਆਂ ਦੁਆਵਾਂ ਅਤੇ ਭੈਣਾਂ ਦੀਆਂ, ਹੋਰ ਮੇਰੇ 'ਚ ਕੋਈ ਕਮਾਲ ਨਹੀਂ, ਮੈਂ ਨਹੀਂ ਕਹਿ ਰਿਹਾ, ਮੇਰਾ ਅੰਦਰੋਂ ਦਿਲ ਕਹਿ ਰਿਹਾ। ਹਾਂਜੀ ਹਾਂਜੀ, ਹੋਰ ਤੁਹਾਡੇ ਦੁਆਵਾਂ ਦੀ ਲੋੜ ਹੈ, ਅਤੇ ਇਨਸ਼ਾਅੱਲਾ ਤੁਸੀਂ ਵਟਸਐਪ ਦਾ ਨੰਬਰ ਦਿੱਤਾ, ਸਕ੍ਰਿਪਟ ਦਿਓ ਨਾ, ਜਿਹੜੀ ਅੱਛੀ ਵੀਡੀਓ ਹੋਏਗੀ ਇਨਸ਼ਾਅੱਲਾ ਤੁਹਾਨੂੰ ਵਧੀਆ ਤੋਂ ਵਧੀਆ ਬਣਾ ਕੇ ਭਰਾਵਾਂ ਦੀ ਖਿਦਮਤ ਪੇਸ਼ ਕੀਤੀ ਜਾਏਗੀ ਇਨਸ਼ਾਅੱਲਾ। ਪਿਛਲੀ ਵਾਰੀ ਵੱਡੀ ਈਦ ਜਿਹੜੀ ਲੰਘੀ ਹੈ ਉਦੋਂ ਮੈਨੂੰ ਕੋਈ ਉਜਰੀ ਨਹੀਂ ਦਿੰਦਾ, ਕਹਿੰਦੇ ਖਬਰਦਾਰ ਸਾਡੇ ਘਰ ਵੜਿਆ ਤੂੰ ਮੁਸਲਮਾਨ ਵੀ ਹੈ ਕਿ ਨਹੀਂ। ਮੈਂ ਕਿਹਾ ਭਾਅ ਜੀ ਮੇਰੇ ਕੋਲ ਕਲਮਾ ਸੁਣ ਲਓ। ਫਿਰ ਇੱਕ ਬੀਬੀ ਨੇ ਮੈਨੂੰ ਦਿੱਤੀ, ਜਦੋਂ ਮੈਂ ਟੱਕੀ ਤਾਂ ਮੈਨੂੰ ਬੜੀ ਬੋ ਆਈ। ਮੈਂ ਕਿਹਾ ਵੇਖ ਲਓ ਉਜਰੀਆਂ ਵੀ ਇਕੱਠੀਆਂ ਕਰਨੀਆਂ ਪੈਂਦੀਆਂ, ਅਤੇ ਐਤਕੀ ਇਨਸ਼ਾਅੱਲਾ ਮੈਨੂੰ ਉਮੀਦ ਹੈ ਕਿ ਮੈਨੂੰ ਅੱਧ ਭਾਸ਼ਾ ਦੇ, ਕਿਉਂਕਿ ਹੁਣ ਲੋਕ ਮੈਨੂੰ ਜਾਣ, ਮੈਨੂੰ ਉਜਰੀ ਵਟਸਐਪ ਕਰ ਦੇਣ। ਹਾਂ ਬਸ ਮੈਨੂੰ ਹੋਰ ਕੁਛ ਚਾਹੀਦਾ। ਹਾਂ ਅਤੇ ਜੇ ਕੋਈ ਬੋਟੀਆਂ ਛੋਟਾ ਭਰਾ ਖਾ ਗਿਆ ਸੀ, ਉਹ ਵੀ ਮਸਲਾ 2-3 ਭਾਈ ਨੇ ਉਹਨਾਂ ਹੱਲ ਕਰ ਦਿੱਤਾ। ਉਹਨਾਂ ਕਿਹਾ ਜੀ ਤੈਨੂੰ ਹੁਣ 2 ਕਿਲੋ ਕੁਛ ਲੈ ਦੇਵੇ, ਅਤੇ ਮੈਂ ਕਿਹਾ ਮੇਰਾ ਤਾਂ ਮੁੰਗੇ ਦਾ ਉਹਨੇ ਖਾਧਾ ਸੀ, ਅਤੇ ਭਾਈ ਕਹਿੰਦੇ ਤੈਨੂੰ 1000 ਰੁਪਏ ਕਿਲੋ ਛੋਟਾ ਲੈ ਦੇਣੇ। ਮੈਂ ਕਿਹਾ ਤੁਹਾਡੀ ਮਿਹਰਬਾਨੀ। ਸੁਬਾਹ ਕੱਪੜੇ ਧੋਣ ਡੇ ਹਾਂ ਘਰ, ਅਤੇ ਅੰਮੀ ਮੇਰੀ ਗਾਲਾਂ ਕੱਢਦੀਆਂ ਨੇ, ਇਹ ਕਰਨ ਡੇ ਹਾਂ। ਮੈਂ ਕਿਹਾ ਜਨਤਾ ਐਵੇਂ ਨਹੀਂ ਲੱਭਦੀ, ਬੀਵੀਆਂ ਦੇ ਕੰਮ ਕਰੀਏ ਅਤੇ ਜਨਤਾ ਲੱਭਦੀਆਂ। ਹਾਂ ਉਹ ਇਹਨਾਂ, ਅਤੇ ਨਵਾਂ ਸ਼ਰਬਤ ਵੀ ਤਿਆਰ ਕੀਤਾ ਸੀ, ਇੱਕ ਭਾਈਆਂ ਨੇ ਪੀਤਾ, ਉਹ ਤਾਂ ਰਨ ਮਰੀਦ ਹੋ ਗਏ ਨੇ। ਉਹਨਾਂ ਨੂੰ ਮੈਂ ਦੱਸਿਆ ਸੀ ਕਿ 1 ਗਲਾਸ ਨੀਮ ਗਰਮ ਪਾਣੀ ਅਤੇ ਬੇਗਮ ਦੇ ਪੈਰ ਧੋ ਲੈਣੇ, 2 ਚਮਚੀਆਂ ਰੂਹ ਅਫਜ਼ਾ ਸੁੱਟ ਪੀ ਜਾਣਾ, 3 ਦਿਨਾਂ ਬਾਅਦ ਉਹ ਬੰਦਾ ਰਨ ਮਰੀਦ ਤਿਆਰ। ਅਤੇ 100 ਸਾਲਾਂ ਪੁਰਾਣੀ ਖੰਘ ਵੀ ਖਤਮ ਹੋ ਜਾਂਦੀ ਹੈ। ਅਤੇ ਫਿਰ ਵੀ ਜੇ ਕਿਸੇ ਭਰਾ ਨੂੰ ਨਾਣਾ ਫਰਕ ਪਿਆ ਕਿ ਭਾਈ ਜਿਹੜਾ ਆਉਂਦਾ ਮੈਂ ਬਾਅਦ ਹੀ ਰਨ ਮਰੀਦ ਹੋਣਾ ਚਾਹੁੰਦਾ, ਅੱਧੇ 1 ਵਜੇ ਉੱਠ ਕੇ ਬੇਗਮ ਦੀਆਂ ਲੱਤਾਂ ਘੁੱਟੇ, ਉਹਦਾ ਸਿਰ ਦਬਾਏ, ਅਤੇ ਅੱਲਾ ਪਾਕ ਖੈਰ ਕਰ ਦੇਵੇ। ਹਾਂਜੀ, ਮਜ਼ੀਦ ਮਾਲੂਮਾਤ ਲਈ ਨਾ ਤੁਸੀਂ ਮੈਨੂੰ ਕਾਲ ਕਰ ਲਿਆ ਜੇ, ਅਤੇ ਕੋਈ ਅੱਛੇ ਅੱਛੇ ਸਕ੍ਰਿਪਟ ਦਿਓ, ਮੈਂ ਤੁਹਾਡੀ ਖਿਦਮਤ ਇਨਸ਼ਾਅੱਲਾ ਵਧੀਆ ਤੋਂ ਵਧੀਆ ਵੀਡੀਓ
ਦੇ ਕੇ ਨਾ ਤੁਹਾਨੂੰ ਭਰਾਵਾਂ ਨੂੰ ਖੁਸ਼ ਕਰਨ, ਮੈਂ ਦੁਨੀਆਂ 'ਤੇ ਆਏ ਖੁਸ਼ ਕਰਨ, ਤੁਹਾਨੂੰ ਜਨਾਬ ਬੇਗਮ ਨੂੰ ਖੁਸ਼ ਕੀਤਾ, ਅੱਬਾ ਅੰਮਾ ਗਾਲਾਂ ਕੱਢਦੇ ਹਨ ਉਹ ਵੀ ਹੁਣ ਰਾਜ਼ੀ ਹੋ ਗਏ ਨੇ, ਅਤੇ ਉਹ ਕਹਿੰਦੇ ਨੇ ਕੋਈ ਨਹੀਂ ਗੱਲ। ਪਰਸੋਂ ਮੈਂ ਅੱਕ ਕੇ ਉਹ ਰਕਸ਼ਾ ਛੱਡ ਦਿੱਤਾ, ਮੈਂ ਖੀਰਿਆਂ ਦੀ ਰੇਹੜੀ ਲਾ ਲਈ, ਸਾਰਾ ਦਿਨ ਵਿਕੇ ਨਹੀਂ, ਜਿਹੜਾ ਆਵੇ ਸੈਲਫੀਆਂ ਜ਼ਿਆਦਾ ਲੈਂਦੇ ਆ, ਖੀਰੇ ਕਿਸੇ ਪੁੱਛੇ ਹੀ ਨਹੀਂ, ਉਹ ਮੁਰਝਾ ਗਏ ਨੇ। ਮੈਂ ਉਹਨਾਂ ਦੇ ਪਾਣੀ ਸੁੱਟ ਸੁੱਟ ਕੇ ਮੈਂ ਕਿਹਾ ਭਾਅ ਜੀ ਵਿਕਣਾ ਨਹੀਂ, ਹੋਸ਼ ਤਾਂ ਕਰ ਲਓ। ਉਹ ਫਿਰ ਹੋਸ਼ ਕਰਨ ਲੱਗ ਪਏ, ਅਤੇ ਪਰਸੋਂ ਫਿਰ ਮੈਂ ਗੋਭੀ ਲਾ ਲਈ ਚਾਂਦ ਰਾਤ ਨੂੰ। ਅੱਜ ਇਹ ਜਿਹੜੀ ਚਾਂਦ ਰਾਤ ਗੁਜ਼ਰੀ, ਇੱਕ ਬੀਬੀ ਆ ਗਈ, ਇਹਦੇ ਪੁੱਤਰ ਲਾਇਆ ਕੀ, ਉਹ ਸੈਲਫੀਆਂ ਦੇ ਦੇ ਕੇ ਮੈਂ ਭੁੱਲ ਗਿਆ ਲਾਇਆ ਕੀ, ਮੈਂ ਭੁੱਲ ਗਿਆ। ਮੈਂ ਕਿਹਾ ਮਾਂ ਜੀ ਬਜਲੋ ਕੀ ਲਾਇਆ, ਉਹ ਮੈਨੂੰ ਕੁੱਟਣ ਡੈ ਪਈ। ਮੈਂ ਕਿਹਾ ਚਲੋ ਮਾਂ ਜੀ ਕੋਈ ਗੱਲ ਨਹੀਂ। ਫਿਰ ਮੈਂ ਉਹਨੂੰ ਕਿਹਾ ਮਾਂ ਜੀ ਮੈਂ ਨਹੀਂ, ਫਿਰ ਮੇਰੇ ਅੰਦਰ ਦਿਲ ਰੋਂਦਾ ਜੀ, ਗੋਭੀ ਵੀ ਨਹੀਂ ਵਿਕੀ, ਖੀਰੇ ਵੀ ਨਹੀਂ ਵਿਕੇ, ਅਤੇ ਹੁਣ ਮੇਰੀ ਸਲਾਹ ਹੈ ਕਿ ਮੈਂ ਹੁਣ ਮੈਂ ਆਪਣੇ ਭੈਣ ਭਰਾਵਾਂ ਤਾਵਾਂ ਨਾਲ ਲਾ ਚਣਿਆਂ ਦੀ ਭੱਠੀ ਲਾ ਲਾਂ ਬਾਹਰ, ਚਲੋ ਹੋਰ ਕੁਛ ਨਹੀਂ ਤਾਂ ਕੋਈ ਚਣੇ ਹੀ ਬਣਾਉਣ ਆ ਜਾਏਗਾ। ਅਤੇ ਬਾਕੀ ਸਾਰੇ ਭੈਣ ਭਰਾਵਾਂ ਨੂੰ ਅੱਲਾ ਪਾਕ ਖੁਸ਼ ਰੱਖੇ, ਅਤੇ ਸਾਰਿਆਂ ਨੂੰ ਈਦ ਮੁਬਾਰਕ। ਅਤੇ ਬਾਕੀ ਗੱਲਾਂ ਜਿਹੜੀਆਂ ਨੇ ਨਾ, ਇਨਸ਼ਾਅੱਲਾ ਹੁਣ ਆਰਾਮ ਨਾਲ ਵੀਡੀਓ ਦੇਵਾਂਗੇ, ਵਧੀਆ ਕੈਮਰਾ ਜਿੰਨਾ ਜਿਗ ਨਹੀਂ ਆਉਂਦਾ। ਅਤੇ ਬਾਕੀ ਉੱਥੇ ਮੈਂ ਦੁਨੀਆ ਨਿਊਜ਼ 'ਤੇ ਗਿਆ ਹਾਂ ਕੈਸਰ ਪੀਆ, ਅਤੇ ਉੱਧਰੋਂ ਜਿਹੜੇ ਕਰਮਦਾਸ ਦੇ ਫਾਰ ਠਾਕਰ ਸਾਹਿਬ ਨੇ, ਉਹਨਾਂ ਮੇਰਾ ਬੜਾ ਅੱਛਾ ਇਸਤਕਬਾਲ ਕੀਤਾ, ਮੇਰੇ ਨਾਲ ਸੈਲਫੀਆਂ ਸੁਲਫੀਆਂ ਲਈਆਂ ਨੇ। ਅਤੇ ਘਰ ਆਇਆ ਮੇਰੀ ਬੇਗਮ ਆਉਂਦੀ ਹੈ, ਇਹ ਵੀ ਤੈਨੂੰ ਪਿਆਰ ਕਰਦੇ ਨੇ? ਮੈਂ ਕਿਹਾ ਸਾਰੀ ਦੁਨੀਆ ਹੀ ਪਿਆਰ ਕਰਦੀ ਤੇਰੇ ਤੋਂ ਇਲਾਵਾ। ਕਹਿੰਦੀ ਨਹੀਂ ਤੁਸੀਂ ਮੇਰੇ ਨਾਮ ਦੇ ਉੱਤੇ ਮਸ਼ਹੂਰ ਹੋਏ। ਮੈਂ ਕਿਹਾ ਬਸ ਫਿਰ ਮੈਂ ਜਿੰਨਾ ਚਿਰ ਤੈਨੂੰ ਘੁੱਟ ਕੇ ਸੌਵਾਂ ਨਾ, ਮੈਨੂੰ ਨੀਂਦਰ ਹੀ ਨਹੀਂ ਪੈਂਦੀ। ਉੱਧਰੋਂ ਜੋ ਉਹਨਾਂ ਮੈਨੂੰ ਰਾਤ ਉੱਥੇ ਰੱਖਿਆ ਲਾਹੌਰ, ਅਤੇ ਉਹਨਾਂ ਦੀ ਇੱਕ ਐਂਕਰ ਸੀ ਬੀਬੀ, ਕੀ ਨਾਂ ਸੀ ਉਹਦਾ, ਨਾਂ ਦਾ ਨਹੀਂ ਸੀ ਮੈਨੂੰ ਪਤਾ, ਅਤੇ ਉਹ ਕਹਿੰਦੀ ਸੀ ਨੰਬਰ ਦੇ। ਮੈਂ ਕਿਹਾ ਮੈਂ ਫਿਰ ਉਹਨੂੰ ਨੰਬਰ ਅੱਬੂ ਦਾ ਦੇ ਆਇਆ ਸਰ, ਮੈਂ ਕਿਹਾ ਲਓ ਮੇਰੇ ਅੱਬੂ ਦਾ ਨੰਬਰ ਲੈ ਲਓ। ਹਾਂਜੀ ਇੰਡੀਆ ਵਿੱਚ ਬਹੁਤ, ਇੰਡੀਆ ਵਿੱਚ ਤਾਂ ਬਹੁਤ ਪਿਆਰ ਹੈ। ਚਲੋ ਜੀ ਮਿਹਰਬਾਨੀ ਹੈ ਨਾ, ਜਿੱਥੇ ਜਿੱਥੇ ਮੇਰੇ ਪਾਕਿਸਤਾਨੀ ਪਿਆਰ ਭਰਾ ਅਤੇ ਭੈਣਾਂ ਰਹਿੰਦੇ ਨੇ, ਅੱਲਾ ਪਾਕ ਉਹਨਾਂ ਨੂੰ ਖੁਸ਼ ਰੱਖੇ। ਅਤੇ ਬਾਕੀ ਤੁਸੀਂ ਆਉਂਦੇ ਤਾਂ ਹੋਣਾ ਸਾਡੇ ਸਵਾਲਾਂ ਦਾ ਜਵਾਬ ਨਹੀਂ ਦਿੰਦਾ, ਜਵਾਬ ਨਹੀਂ ਹੁਣ ਬਸ ਲਾਈਵ ਚੱਲ ਕੇ ਤੁਹਾਨੂੰ ਸਿਰਫ ਪੈਗਾਮ ਦੇਣਾ ਸੀ ਕਿ ਇਨਸ਼ਾਅੱਲਾ ਅੱਛੀਆਂ ਤੋਂ ਅੱਛੀਆਂ ਵੀਡੀਓ ਦੇਵਾਂਗੇ ਤੁਹਾਨੂੰ। ਅਤੇ ਜਿਹੜੇ ਜਿਹੜੇ ਨਵੇਂ ਬੰਦੇ ਆਏ ਨੇ ਉਹਨਾਂ ਨੂੰ ਈਦ ਮੁਬਾਰਕ, ਅਤੇ ਨਾਲੇ ਹਜ਼ਾਰ ਹਜ਼ਾਰ ਈਦਾਂ ਵੇਖਣ। ਤੁਸੀਂ ਹੁਣ ਕਹੋਗੇ ਕਿ ਸਾਨੂੰ ਐਡੀ ਲੰਮੀ ਜ਼ਿੰਦਗੀ ਦੇ ਰਿਹਾ, ਅੱਲਾ ਪਾਕ ਦੇ ਰਿਹਾ, ਮੈਂ ਵੀ ਦੇਣ ਵਾਲਾ। ਅਤੇ ਬਾਕੀ ਇਨਸ਼ਾਅੱਲਾ ਤੁਹਾਡੇ ਤਾਵਾਂ ਨਾਲ, ਇਹ ਹੁਣ ਗਰਮੀਆਂ ਲੰਘਦੀਆਂ ਨੇ ਅਤੇ ਸਿਆਲ ਦੇ ਵਿੱਚ ਨਾ, ਭੋਲਾ ਰਿਕਾਰਡ ਮੈਨੂੰ ਨਾ ਗੱਲਾਂ ਕਰ ਰਿਹਾ ਸੀ ਉਹ, ਤੂੰ ਪਾਕਿਸਤਾਨ ਦਾ ਨਾਮ ਬਦਨਾਮ। ਮੈਂ ਤੇਰੀ ਵੀਡੀਓ ਵੇਖੀ ਹੈ। ਹਾਂ ਤੇ ਮੈਂ ਉਹਦੀ ਵੀਡੀਓ ਵੇਖੀ ਏ, ਜਦਾਦਾਂ ਬਹਿ ਛੱਡੀ, ਮੂੰਹ ਉਹਦਾ ਇੰਝ ਲੱਗਦਾ ਜਿਵੇਂ ਢੋਲ ਝਾਟਾ ਪਾ ਜਾਂਦਾ, ਜਦਾਦਾਂ ਬਹਿ ਛੱਡੀ, ਉਹਨੂੰ ਗੱਲ ਹੀ ਕੋਈ ਨਹੀਂ ਹੋਰ ਆਉਂਦੀ। ਉਹ ਸਮਝਦਾ ਕਿ ਲਓ ਜੀ ਮੈਂ ਬੜਾ ਭਰਵਾਨ ਬਣਿਆ ਵਾਂ, ਪਰ ਅੱਲਾ ਪਾਕ ਜਿਹੜਾ ਨਾ ਉਹ ਡਾਢਾ ਹੈ, ਉਹ ਸਮਝਦਾ ਕਿ ਮੈਂ ਉਰੇ ਕੀ ਬਲਾ ਬਣ ਗਈ ਹਾਂ। ਕੋਈ ਉਹ ਇਹਨਾਂ ਅੱਲਾ ਰਹਿਮ ਕਰੇ, ਮੈਂ ਆਪਣੇ ਭੈਣਾਂ ਭਰਾਵਾਂ ਨੂੰ ਵਧੀਆ ਅਤੇ ਸਾਫ਼ ਸੁਥਰੀ ਵੀਡੀਓ ਦੇਣੀ ਹੈ ਇਨਸ਼ਾਅੱਲਾ। ਮੈਂ ਕੋਈ ਭੋਲੇ ਰਿਕਾਰਡ ਵਾਲਾ ਗੰਦ ਗੁੰਦ ਨਹੀਂ ਪਾਉਣਾ। ਜਦਾਦਾਂ ਵੇਚਣੀਆਂ ਉਹਨਾਂ ਦੇ ਘਰ 'ਤੇ ਖੁਰਲੀ ਨਹੀਂ ਹੈ ਬੂਹੇ 'ਤੇ, ਉਹਨੇ ਜਦਾਦਾਂ ਕਿੱਥੋਂ ਵੇਚਣੀਆਂ ਹਨ? ਉਹ ਐਵੇਂ ਲੋਕਾਂ ਨੂੰ ਕਹਿੰਦਾ ਰਹਿੰਦਾ ਮੈਂ ਜਦਾਦਾਂ ਵਹਿਤਾ ਹੀ ਨਹੀਂ, ਹਿੱਲਣਾ ਕੀ ਉਹਨੂੰ, ਕੁਛ ਵੇੜ ਮਾਰ ਕੇ ਮਿਲ 'ਚ ਬੰਦਾ ਨਾ ਜੇ ਉਹਦੇ ਕੋਲ ਟੁਰਨ ਨਹੀਂ ਹੁੰਦਾ, ਉਹ ਇੰਝ ਲੱਗਦੇ ਆਲੂ ਨੂੰ ਸੋਚ ਪਈ। ਮੈਂ ਉਹਨੇ ਬੜੀਆਂ ਗੱਲਾਂ ਕੀਤੀਆਂ ਨੇ, ਪਰ ਮੈਂ ਉਹਨੂੰ ਫੇਮਸ ਨਹੀਂ ਕਰਨਾ ਚਾਹੁੰਦਾ, ਕਰੀ ਜਾਵੇ। ਉਹਨੇ ਜਦਾਦਾਂ ਵਹਿ ਛੱਡੀਆਂ ਨੇ, ਉਹ ਜਦਾਦਾਂ ਹੀ ਉਹ ਵੱਡੇ ਭਰਾ, ਇੱਧਰ ਇੱਕ ਵੱਡਾ ਭਰਾ ਪਾਏ ਕਿ ਤੂੰ ਇੰਝ ਲੱਗਦੇ ਦੋਵੇਂ ਗੈਂਡੇ ਬੈਠੇ ਨੇ, ਗੱਲ ਕਰਨ ਦੀ ਉਹਨੂੰ ਜਾਚ ਨਹੀਂ ਹੈ, ਕੁੜੀਆਂ ਲੈ ਕੇ ਬਹੁਤਾ ਗੱਲਾਂ ਕਰਦਾ, ਗਾਲਾਂ ਨਹੀਂ ਅੱਛੀ ਗੱਲ ਹੈ। ਅਤੇ ਹਾਂ ਓਕੇ ਅੱਲਾ ਹਾਫਿਜ਼, ਅਤੇ ਤੁਹਾਡੇ ਦੁਆਵਾਂ ਜੀ ਯਾਦ ਰੱਖਿਆ ਜੀ, ਅੱਲਾ ਪਾਕ ਤੁਹਾਨੂੰ ਤੰਦਰੁਸਤੀ ਦੇ, ਸਾਰੇ ਭੈਣ ਭਰਾਵਾਂ ਨੂੰ, ਪੁਰਾਣਿਆਂ ਨੂੰ, ਨਵਿਆਂ ਨੂੰ, ਪਾਕਿਸਤਾਨੀ ਜਿੰਨੇ ਵੀ ਨੇ ਬਾਹਰ ਜਿੰਨੇ ਵੀ ਨੇ, ਉਹਨਾਂ ਨੂੰ ਸਾਰਿਆਂ ਨੂੰ ਈਦ ਮੁਬਾਰਕ। ਅਤੇ ਇੰਡੀਅਨ ਵੀ ਜਿਹੜੇ ਨੇ, ਜਿਹੜੇ ਸਿੱਖ ਭਰਾ ਨੇ, ਜਿਹੜੇ ਜਿਹੜੇ ਮੈਨੂੰ ਲਾਈਕ ਕਰਦੇ ਨੇ, ਸ਼ੇਅਰ ਕਰਦੇ ਨੇ, ਅੱਲਾ ਪਾਕ ਉਹਨਾਂ ਨੂੰ ਤੰਦਰੁਸਤੀ ਦੇ, ਸਿਹਤ ਦੇਵੇ, ਬਸ ਇੰਨਾ ਕੁ ਪੈਗਾਮ ਦੇਣਾ ਸੀ। ਔਰ ਕੁਝ ਦਾਦਾ ਨੇ ਵੇਖੀਆਂ ਮੇਰੇ ਕੋਲ, ਇੱਕ ਰਕਸ਼ਾ ਸੀ ਉਹ ਮੈਂ ਵੇਚ ਕੇ, ਮੈਂ ਪਾਗਲ ਦਾਦਾ ਨਹੀਂ ਵੇਖਦੀਆਂ ਮੇਰੇ ਕੋਲ। ਅਸਲਾਮ ਵਾਲੇਕਮ।